ਉਧਰ ਫਿਰੋਜ਼ਪੁਰ ਚ ਪੰਚਾਇਤੀ ਚੋਣਾਂ ਦੇ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਅਲੱਗ-ਅਲੱਗ ਥਾਵਾਂ ਤੇ ਹਿੰਸਕ ਝੜਪਾਂ ਵੇਖਣ ਨੂੰ ਮਿਲੀਆਂ। ਉੱਥੇ ਹੀ ਦੂਜੇ ਪਾਸੇ ਪੁਲਿਸ ਮੂਕ ਦਰਸ਼ਕ ਬਣੀ ਵੇਖਦੀ ਰਹੀ ਅਤੇ ਧਾਰਾ 144 ਦੀਆਂ ਸ਼ਰਿਆਮ ਧੱਜੀਆਂ ਉਡਾਈਆਂ ਗਈਆਂ। ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਪਾਰਾ ਅਸਮਾਨੀ ਚੜਿਆ ਹੋਇਆ ਹੈ, ਉੱਥੇ ਹੀ ਕਾਨੂੰਨ ਦੀਆਂ ਧੱਜੀਆਂ ਵੀ ਸ਼ਰਿਆਮ ਉਡਾਈਆਂ ਜਾ ਰਹੀਆਂ ਨੇ। ਇਸ ਦੀ ਮਿਸਾਲ ਫਿਰੋਜ਼ਪੁਰ 'ਚ ਵੇਖਣ ਨੂੰ ਮਿਲੀ ਹੈ, ਜਿੱਥੇ ਕਿ ਨਾਮਜ਼ਦਗੀ ਭਰਨ ਦੇ ਆਖਰੀ ਦਿਨ ਅਲੱਗ ਅਲੱਗ ਥਾਵਾਂ 'ਤੇ ਕਈ ਹਿੰਸਕ ਝੜਪਾਂ ਹੋਈਆਂ। ਅਲੱਗ ਅਲੱਗ ਝੜਪਾਂ 'ਚ ਉਮੀਦਵਾਰਾਂ ਦੀਆਂ ਫਾਈਲਾਂ ਪਾੜੀਆਂ ਗਈਆਂ। ਉੱਧਰ ਫਿਰੋਜ਼ਪੁਰ ਦੇ ਕਾਲਜ ਦੇ ਬਾਹਰ ਦੋ ਗੁੱਟਾਂ ਦੀ ਆਪਸੀ ਝੜਪ ਹੋਈ, ਜਿਸ ਦੇ ਵਿੱਚ ਕਮਾਂਡੋ ਦਾ ਇੱਕ ਜਵਾਨ ਵੀ ਜ਼ਖਮੀ ਹੋਇਆ ਅਤੇ ਫਿਰੋਜ਼ਪੁਰ ਦੇ ਸਿਵਲ ਹਸਪਤਾਲ 'ਚ ਉਸ ਨੂੰ ਦਾਖਲ ਕਰਵਾਇਆ ਗਿਆ। ਸਾਰੀ ਪੰਚਾਇਤੀ ਚੋਣਾਂ ਦੀ ਨਾਮਜ਼ਦਗੀ 'ਚ ਪੰਜਾਬ ਪੁਲਿਸ ਮੁੱਖ ਦਰਸ਼ਕ ਬਣੀ ਦੇਖਦੀ ਰਹੀ ਅਤੇ ਸ਼ਰਿਆਮ ਧਾਰਾ 144 ਦੀਆਂ ਧੱਜੀਆਂ ਉਡਾਈਆਂ ਗਈਆਂ। ਮਾਮਲਾ ਕੁਛ ਨਹੀਂ ਸੀ, ਆਪਣੇ ਦੋ ਧਿਰਾਂ ਦੀ ਗੱਲਬਾਤ ਸੀ, ਉਸੇ ਤਰ੍ਹਾਂ ਦੀ ਟਰਲ ਚੱਲੀਆਂ, ਉਹਦੇ ਵਿੱਚ ਸਾਡਾ ਜਵਾਨ ਚੱਲਦੀ ਅਤੇ ਕੀ ਹੈਗਾ ਕਿ ਉੱਥੇ ਕੀ ਸੀ ਮਾਮਲਾ, ਕੀ ਸੀ ਉੱਥੇ ਮਾਮਲਾ? ਤਾਂ ਇਹੀ ਸੀ ਆਪਣਾ ਜੋ ਕਾਗਜ਼ ਭਰੇ ਜਾ ਰਹੇ ਸੀ ਪੰਚਾਇਤ ਦੇ, ਉਹਦੇ ਦੌਰਾਨ ਕੋਈ ਝਗੜਾ ਹੋਇਆ ਹੋਣਾ, ਜਿਹਦੇ ਨਾਲ ਇੱਟਾਂ ਚੱਲੀਆਂ ਆਪਣੇ ਦੋ ਧਿਰਾਂ ਦੀਆਂ। ਸਰ ਤੁਹਾਡੇ ਕਿੰਨੇ ਸੱਟ ਲੱਗੀ? ਹਾਂਜੀ, ਕਿੰਨੇ ਮੁਲਾਜ਼ਮ ਦੇ ਸੱਟ ਲੱਗੀ ਤੁਹਾਡੀ? ਨਾਲ ਕਿੰਨੇ ਲੱਗੀ, ਕਿੰਨੀ ਕੁ ਸੱਟ ਲੱਗੀ? ਠੀਕ, ਨੌ। ਬਾਕੀ ਦੇਖਣ ਦਾ ਲਾਭ ਨਹੀਂ ਲੱਗੀ। ਨਸ਼ੇ ਦੀ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤੇ ਹੁਣ ਸੂਬਾ ਪੱਧਰੀ ਕਬੱਡੀ ਖਿਡਾਰੀ ਬਲਕਾਰ ਸਿੰਘ ਢਿੱਲੋਂ ਦੀ ਜ਼ਿੰਦਗੀ ਨਸ਼ੇ ਦੇ ਕਾਰਨ ਖਤਮ ਹੋ ਗਈ ਹੈ। ਨਸ਼ੇ ਦੀ ਓਵਰਡੋਜ਼ ਨਾਲ ਆਏ ਦਿਨ ਕਿਸੇ ਨਾ ਕਿਸੇ ਨੌਜਵਾਨ ਦੀ ਮੌਤ ਹੋ ਰਹੀ ਹੈ ਅਤੇ ਇਹਨਾਂ 'ਤੇ ਹਲੇ ਤੱਕ ਠੱਲ ਨਹੀਂ ਪਾਈ ਗਈ। ਉੱਧਰ ਜ਼ਿਲ੍ਹਾ ਸੰਗਰੂਰ ਦੇ ਸੂਬਾ ਪੱਧਰੀ ਖਿਡਾਰੀ ਕਬੱਡੀ ਖਿਡਾਰੀ ਬਲਕਾਰ ਸਿੰਘ ਢਿੱਲੋਂ ਦੀ ਭੇਦ ਭਰੇ ਹਾਲਾਤਾਂ 'ਚ ਮੌਤ ਹੋ ਗਈ ਅਤੇ ਕਿਆਸ ਲਗਾਏ ਜਾ ਰਹੇ ਨੇ ਕਿ ਕਬੱਡੀ ਖਿਡਾਰੀ ਦੀ ਮੌਤ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਹੋਈ ਹੈ। ਬਲਕਾਰ ਦੇ ਪਿਤਾ ਅਵਤਾਰ ਸਿੰਘ ਨੇ ਦੱਸਿਆ ਕਿ ਪਿਛਲੇ 2 ਸਾਲਾਂ ਤੋਂ ਉਹ ਸੰਗਰੂਰ ਵਿੱਚ ਹੀ ਰਹਿ ਰਿਹਾ ਸੀ। ਉਹਨਾਂ ਦੱਸਿਆ ਕਿ ਕੁਝ ਸਮੇਂ ਪਹਿਲਾਂ ਤੋਂ ਬਲਕਾਰ ਨਸ਼ਾ ਛੱਡਣ ਦੀ ਦਵਾਈ ਲੈ ਰਿਹਾ ਸੀ। ਉੱਥੇ ਹੀ ਦੂਜੇ ਪਾਸੇ ਬਲਕਾਰ ਦੇ ਕਬੱਡੀ ਕੋਚ ਦਰਸ਼ਨ ਸਿੰਘ ਨੇ ਦੱਸਿਆ ਕਿ ਬਲਕਾਰ ਬੇਹੱਦ ਚੰਗਾ ਖਿਡਾਰੀ ਸੀ ਅਤੇ ਪੰਜਾਬ ਪੱਧਰ 'ਤੇ ਹੋਣ ਵਾਲੇ ਕਬੱਡੀ ਮੁਕਾਬਲਿਆਂ 'ਚ ਬਤੌਰ ਰੇਡਰ ਹਿੱਸਾ ਲੈਂਦਾ ਸੀ। ਮੇਰੇ ਕੋਲ 2-3 ਸਾਲ ਰਿਹਾ ਜੀ, ਬਹੁਤ ਵਧੀਆ ਪਲੇਅਰ ਰਿਹਾ ਜੀ, ਬਹੁਤ ਤਕੜਾ ਪਲੇਅਰ ਸੀ, ਸਾਡੇ ਇਲਾਕੇ ਨੂੰ ਬਹੁਤ ਘਾਟਾ ਪਿਆ ਜੀ, ਨਵਾਂ ਮੁੰਡਾ ਸੀ, ਬਹੁਤ ਤਕੜਾ ਪਲੇਅਰ ਜੀ, ਮੇਰੇ ਕੋਲ ਅਕੈਡਮੀ 'ਚ ਵੀ ਰਿਹਾ ਜੀ। ਇਹ ਆਪਣੀ ਅਕੈਡਮੀ ਗੱਗੜਪੁਰ ਅਕੈਡਮੀ ਜੀ, ਕਿੱਥੇ ਕਿੱਥੇ ਖੇਡਦਾ ਇਹ ਜੀ? ਪੰਜਾਬ ਦੇ ਲੋਕਲ ਸਾਰੇ ਟੂਰਨਾਮੈਂਟ ਖੇਡਦਾ ਜੀ, ਕਈ ਵਾਰ ਇਹਨੇ ਮੋਟਰਸਾਈਕਲ ਜਿੱਤੇ ਨੇ, ਐਲਈਡੀਆਂ ਜਿੱਤੀਆਂ ਨੇ, ਵੀ ਬਹੁਤ ਟੌਪ ਦਾ ਪਲੇਅਰ ਸੀਗਾ ਜੀ। ਵਰਲਡ ਕੱਪ ਨਹੀਂ, ਵਰਲਡ ਕੱਪ ਨਹੀਂ ਖੇਡਿਆ ਜੀ, ਉੱਦਾਂ ਚੈਂਪੀਅਨਸ਼ਿਪ ਖੇਡਿਆ, ਬਹੁਤ ਜ਼ਿਲ੍ਹੇ ਦੇ ਮੈਚ ਖੇਡਿਆ ਜੀ। ਕਿਸ ਚੀਜ਼ 'ਚ ਮਾਹਿਰ ਸੀਗਾ ਇਹ? ਇਹ ਰੇਡਰ ਸੀਗਾ ਜੀ। ਅੱਛਾ ਜੀ, ਕਿੰਨੀ ਕੁ ਉਮਰ ਦਾ ਜੀ ਇਹਨਾਂ ਦੀ? ਉਹ 26-27 ਸਾਲ ਉਮਰ ਹੋਊ ਜੀ। ਪਹਿਲਾਂ ਤਾਂ ਮੇਰੇ ਘਰ ਵਾਲੀ ਗੁਜ਼ਰੀ ਹੋਈ ਆ, ਮੈਂ ਤਾਂ ਪਹਿਲਾਂ ਹੀ ਦੁਖੀ ਸੀ, ਮੈਨੂੰ ਤਾਂ ਉਰੇ ਆਏ ਦਾ ਪਤਾ ਲੱਗਿਆ ਵੀ ਪਤਾ ਨਹੀਂ ਕਿੱਥੇ ਡਿੱਗ ਗਿਆ, ਕਿੱਥੋਂ ਇਹਨੂੰ ਲੈ ਕੇ ਆਇਆ ਕੋਈ, ਮੈਨੂੰ ਤਾਂ ਇਹਨਾਂ ਨੇ ਉਰੇ ਤੜਕੇ ਬੁਲਾਇਆ 9-10 ਵਜੇ, ਮੈਂ ਤਾਂ ਉਰੇ ਆਇਆ, ਉਰੇ ਆਏ ਤੋਂ ਪੂਰਾ ਮੰਗਦਾ ਹੀ ਹਾਂ ਜੀ, ਗਰੀਬ ਬੰਦਿਆਂ ਗੇ ਪਹਿਲੇ ਹੀ ਮਾਰੇ ਖੜਿਆ ਜੀ। ਨਹੀਂ ਨਹੀਂ, ਉਹਦੀ ਕੋਈ ਪਤਨੀ ਨਹੀਂ ਜੀ, ਅੱਛਾ ਫਰੈਂਡ ਆ। ਉਹ ਵਿਆਹਿਆ ਹੋਇਆ ਸੀ ਮੁੰਡਾ? ਪਹਿਲਾਂ ਵਿਆਹਿਆ ਹੋਇਆ ਜੀ ਉਹਦਾ, ਤਾਂ ਆਪ ਉੱਧਰ 'ਚ ਆਪ ਹੀ ਰੌਲਾ ਚੱਲ ਰਿਹਾ ਸੀ ਪਹਿਲਾਂ ਉਹਨਾਂ ਦਾ ਆਪ 'ਚ। ਨਹੀਂ ਨਹੀਂ, ਹੋਰ ਕੁੜੀ। ਫਿਲਹਾਲ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ 174 ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੋਸਟਮਾਰਟਮ ਕਰਵਾਏ ਜਾਣ ਤੋਂ ਬਾਅਦ ਹੀ ਇਸ ਦੇ ਲਈ ਡਾਕਟਰਾਂ ਦਾ ਇੱਕ ਪੈਨਲ ਬਿਠਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਹੀ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇਗਾ। ਇਹ ਜੀ ਸਾਨੂੰ ਅੱਜ ਰਿਪੋਰਟ ਰੁਕਾ ਮਹਿਸੂਲ ਹੋਇਆ, ਸਿਟੀ ਸੰਗਰੂਰ ਤੋਂ ਵੀ ਆਇਆ ਕਰਕੇ ਇੱਕ ਡੈੱਡ ਬੋਡੀ ਬਲਕਾਰ ਸਿੰਘ ਦੀ ਰੁਪਿੰਡ ਰੂਪਾ ਹੈੜੀ ਇੱਥੇ ਮਿਲੀ ਹੈ, ਕਾਰਵਾਈ ਕੀਤੀ ਜਾਵੇ। ਉਹ ਮੁਨਸ਼ੀ ਨੇ ਮੈਨੂੰ ਨੋਟ ਕਰਾਇਆ ਜੀ, ਉਹ ਤੋਂ ਬਾਅਦ ਮੈਂ ਇਹ ਬਾਰਿਸ਼ ਇਹਦਾ ਪਿਓ ਅਵਤਾਰ ਸਿੰਘ ਬਲਕਾਰ ਸਿੰਘ ਦਾ ਸਾਡੇ ਕੋਲ ਜਾ ਕੇ ਬਿਆਨ ਦਿਖਾਈ ਗਏ, ਕਹਿੰਦਾ ਮੈਨੂੰ ਇਹ ਮੈਨੂੰ ਮੈਸੇਜ ਮਿਲਿਆ ਸੀ ਵੀ ਐਂ ਕਰਕੇ ਮੇਰਾ ਮੁੰਡਾ, ਉਹਨੂੰ ਕਿਸੇ ਬੰਦੇ ਨੇ ਉਹਨਾਂ ਦੇ ਰਿਸ਼ਤੇਦਾਰ ਨੇ ਗਾਲੀ ਸਲਾਹ ਦਿੱਤੀ, ਉਹਨੇ ਆਪਦਾ ਬਿਆਨ ਲਿਖਿਆ ਜੀ, ਜਿਹੜਾ ਬਿਆਨ ਦੇ ਵਿੱਚ ਉਹ ਕਹਿੰਦਾ ਵੀ ਇਹ ਬੰਦਾ ਡਿੱਗਿਆ, ਪਰ ਸਾਨੂੰ ਕਿਸੇ ਕੋਈ ਸ਼ੱਕ ਸੋਭਾ ਕੋਈ ਨਹੀਂ ਹੈ ਅਤੇ ਇਹ ਉਹਦੇ ਬਿਆਨ ਦੇ ਹਿਸਾਬ ਨਾਲ ਹੀ 174 ਦੀ ਕਾਰਵਾਈ ਕੀਤੀ। ਨਸ਼ੇ ਦੀ ਓਵਰਡੋਜ਼ ਦੀ ਵੀ ਕੋਈ ਨਹੀਂ, ਨਸ਼ੇ ਬਾਰੇ ਕੁਛ ਨਹੀਂ ਦੱਸਿਆ ਜੀ, ਉਹ ਬਾਕੀ ਡਾਕਟਰ ਸਾਹਿਬ ਰਿਪੋਰਟ ਤੋਂ ਬਾਅਦ ਪਤਾ ਲੱਗਦੀ ਹੈ। ਹਾਂ, ਸਾਨੂੰ ਨਸ਼ੇ ਬਾਰੇ ਕੁਛ ਨਹੀਂ ਪਤਾ, ਜਿਹੜਾ ਮੈਂ ਹੁਣ ਡੈੱਡ ਬੋਡੀ ਦੇਖਣੀ ਹੈ। ਹਾਂ, ਇਹਦੇ ਬਾਰੇ ਆਪਾਂ ਨਹੀਂ ਕਹਿ ਸਕਦੇ, ਸਾਨੂੰ ਜਿਹੜਾ ਉਹਨੇ ਦਿਖਾਇਆ ਵੀ ਬਿਆਨ ਦੇ ਆਧਾਰ 'ਤੇ ਸੀ ਕਾਰਵਾਈ ਕਰਦੇ। ਮੇਰੀ ਪਤਨੀ ਨੇ ਸਾਨੂੰ ਉਹ ਸਰ ਮੇਰੇ ਕੋਲ ਨਹੀਂ ਆਈ ਅਜੇ ਤੱਕ, ਨਾ ਹੀ ਆਪਾਂ ਨੂੰ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।